अक्सर कछिया जी वेख्या जी दुबई गए ज्यादा कछे ही पा के फिरन डे सन पेंट कोट पा रहे ने अज मैं पेंट कोट पा रहा है अच्छा पूरा दूल्हा ही बन जाना मैं क्या मजे आने ने पेंट कोट पाने दे हाँ रोड तो है जी लाहौर दे विच क्या बात है यार इहदा नाम जी पैनोरामा सेंटर हर किस्म के कपड़े मिल जाते ने इत्थों जैकटा बेल्टा कमाल करती वो शेरवानियां लगी हैं वाकई मार्केट च आया सी बहुत अच्छी मार्केट हैगी हर चीज इत्थों लभ जांदी मैनूं लगदा जिथे तक मेरा अंदाजा है हर किस्म के कपड़े कलर जबरदस्त इत्थों बंदा पेंडू आवे तो बाहर निकलेगा ना जदों इस तरह का बहू बन जाएगा मैनूं लगदा जो पिंड च आवे तो इस तरह का बहू बन के निकलना उन्हें बाहर तो पहचान ही ना हो भावे अपने बंदे ना पहचान गए चौधरी साहब किधर चले गए किदे कोट प्यारे लगे क्या बात है यार हर कलर के कोट लगे ने जेड़ा दिल करदा लवो इत्थों ते पाओ मैं तो कहना तो मैं साहब बन के बाहर निकलना टू पीस जो पा लेना जी यह कलर बड़ा प्यारा लग रहा है आ जाएगा पूरा मनो हेलो ट्राई करो कैसा लग रहा है तुसी मैंने जरूर दसना कोट पहली दफे है पाया है इस कलर का मैं पेंट भी नाल होएगी तो की ये नजारे तो होने ने है तो लग रही है जिम्मे मैं किसी स्कूल जाना है यूनिफॉर्म पाया कोई और कलर देख लो कोई और अच्छा या कलर दिखा दो तानू ए देखी पा गया ला ए मेरे नाप दे गया ट्राई करो ए कोई लगया जचया जरा मनु क्या बात यार बड़ी खुशी हो रही है पा के मनु अच्छा लग रहा है शीशे च मनु नजर आई अपनी तस्वीर थोड़ी जी क्या बात है यार ਇਹਦਾ ਮਤਲਬ ਇਹਦੇ ਥੱਲੇ ਜਿਹੜੀ ਚੀਜ਼ਾਂ ਪਾਵਾਂਗੇ ਤੇ ਹੋਰ ਸੋਹਣਾ ਬਣਾ ਇਹ ਕੀ ਕਰ ਰਹੇ ਨਾਪ ਲੈ ਰਹੇ ਨੇ ਇਹ ਵੇਸਟ ਲੈ ਰਿਆਂ ਤੁਹਾਡੀ ਵੇਸਟ ਕੀ ਵੇਸਟ ਇਹ ਜਦੋਂ ਪੈਂਟ ਪਾਓਗੇ ਤੁਸੀਂ ਅੱਛੇ ਲੱਗੋਗੇ ਅੱਛਾ ਯਾਰ ਇਹ ਤਾਂ ਮੈਨੂੰ ਇੰਜ ਹੀ ਲੱਗ ਰਿਹਾ ਜਿਵੇਂ ਮੇਰੇ ਨਾਪ ਦਾ ਕਿਸੇ ਨੇ ਸਿਲਾਈ ਕਰਾ ਕੇ ਧਰਾਇਆ ਹੈ ਕਿ ਆਂਦੇ ਚੌਧਰੀ ਨੇ ਪਾਣਾ ਤਾਂ ਪੂਰਾ ਦਾ ਪੂਰਾ ਸੂਟ ਵੇਖੋ ਤੁਸੀਂ ਬਾਕੀ ਬੜੀ ਖੁਸ਼ੀ ਹੋਈ ਹੈ ਅਸੀਂ ਤਾਂ ਬੜੀ ਖੱਜਲ ਹੋਣਾ ਪੈਂਦਾ ਸੂਟ ਸਵਾਉਣ ਵਾਸਤੇ ਸੂਟ ਲੈਣਾ ਦਰਜੀ ਕੋਲ ਜਾਣਾ ਉਹਨੂੰ ਨਾਪ ਦੇਣਾ ਫਿਰ ਉਹਨੇ ਸਿਲਾਈ ਟਾਈਮ ਦੇਣਾ ਕਿ ਇੰਨੇ ਦਿਨਾਂ ਬਾਅਦ ਆ ਕੇ ਲੈ ਜਾਣਾ ਇੱਥੇ ਤਾਂ ਹਰ ਕਿਸਮ ਦਾ ਨਾਪ ਬੰਦਿਆਂ ਕੋਲ ਪਿਆ ਮੌਜੂਦ ਤੇ ਆਓ ਦੇ ਭਾਅ ਜੀ ਵੇਖੋ ਕਿੱਡੇ ਕਿੱਡੇ ਪਿਆਰੇ ਇਹਨਾਂ ਨੇ ਮਾਸ਼ਾਅੱਲਾ ਕਿੱਡੀ ਸੋਹਣੀ ਦੁਕਾਨ ਲੱਗ ਰਹੀ ਹੈ ਤੇ ਹਰ ਕਿਸ ਬੰਦੇ ਨੂੰ ਬਾਬੂ ਬਣਾ ਕੇ ਬਾਹਰ ਕੱਢ ਦਿੰਦੇ ਨੇ ਉਹ ਜੀ ਇਹਨਾਂ ਨੇ ਕੱਪੜੇ ਬਦਲਣ ਵਾਸਤੇ ਵੀ ਰੂਮ ਬਣਾਇਆ ਉੱਥੇ ਜਾ ਕੇ ਸ਼ਰਟ ਪਾ ਕੇ ਦੇਖਦਾ ਬਾਹਰ ਨਿਕਲਾਂਗਾ ਆ ਕੇ ਤੇ ਦੇਖਾਂਗਾ ਕੈਸੀ ਲੱਗ ਰਹੀ ਸ਼ੀਸ਼ੇ ਦੇ ਅੱਗੇ क्या बात है बहुत जबरदस्त जो पेंट कोट पहना है तो कि सोहना लगना क्या बात हाय 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 यार तो पूरा बाबू ही बन गया मैं ਸਿੱਗਾ ਤੇ ਪੂਰਾ ਗੋਰਿਆਂ ਵਾਲੇ ਸਟਾਈਲ ਬਣਾ ਲਏ ਨੇ ਮੈਨੂੰ ਨਾ ਅਕਸਰ ਤਾਹਿਰ ਨਵਾਬ ਸਾਹਿਬ ਨਾ ਮੂਵੀਆਂ ਦਿਖਾਉਂਦਾ ਸੀ ਇੰਗਲਿਸ਼ ਉਹਨਾਂ ਨੇ ਮੈਂ ਦੇਖਣਾ ਬੜੇ ਪੈਂਟ ਕੋਟ ਪਾ ਕੇ ਬਾਬੂ ਬਣੇ ਬੰਦੇ ਏਜੰਸੀਆਂ ਦੇ ਬੰਦੇ ਵੀ ਅਤੇ ਲੜਾਈਆਂ ਵੀ ਨਾਲ ਕਰਦੇ ਨੇ ਪੈਂਟਾਂ ਕੋਟਾਂ ਦੇ ਵਿੱਚ ਹੱਥੇ ਪੂਰਾ ਯਾਰ ਬਾਬੂ ਹੀ ਬਣ ਗਿਆ ਬਹੁਤ ਅੱਛਾ ਜੀ ਕਿਆ ਬਾਤ ਹੈ ਅਤੇ ਬਾਕੀ ਚੌਧਰੀ ਸਹੀ ਬਣਿਆ बूट घूम रहे ने पसंद करो अपनी मर्जी दे वाह जी वाह पसंद आ रहे ब्रोंज मेरे नाप दे मिल जाएंगे बूट भी पेंट कोट तो मिल गया ना आपका
ਹੁਣ ਬੂਟਾਂ ਦਾ ਪਤਾ ਨਹੀਂ ਲੱਭਣੇ ਕਿ ਨਹੀਂ ਲੱਭਣੇ। ਚਲੋ ਜੀ ਫਿਰ ਇੱਥੇ ਤਾਂ ਹਰ ਕਿਸਮ ਦੇ ਬੂਟ, ਹਰ ਰੰਗ ਦੇ ਬੂਟ ਪਏ, ਜਿਹੜਾ ਜਿਹੜਾ ਤੁਹਾਨੂੰ ਅੱਛਾ ਲੱਗਦਾ, ਅਤੇ ਨਾਪ ਵੀ ਮੈਨੂੰ ਲੱਗਦਾ ਪੂਰੇ ਪੂਰੇ ਪਏ ਨੇ ਹਰ ਬੰਦੇ ਦੇ, ਇਹਨਾਂ ਨੇ ਪਤਾ ਨਹੀਂ ਨਾਪ ਲੈ ਕੇ ਬਣਵਾਏ ਨੇ। ਹੈ ਮੈਨੂੰ ਚੰਗਾ ਲੱਗ ਰਿਹਾ ਬਲੈਕ ਕਲਰ ਦਾ। ਥੋੜ੍ਹਾ ਤੰਗ ਹੈਗਾ ਜਰਾਬਾਂ ਦੇ ਨਾਲ। ਥੋੜ੍ਹਾ ਟਾਈਟ ਹੈਗਾ ਬੂਟ। ਹਾਂਜੀ ਇਹ ਪੂਰਾ ਹੈਗਾ। ਹਾਂਜੀ ਇਹ ਬੂਟ ਪਸੰਦ ਹੈ ਹਲੇ, ਪੈਰ ਵੀ ਬੜਾ ਸੋਹਣਾ, ਇਹਦੇ ਸਕੂਨ ਹੈਗਾ। ਇਹ ਦੂਸਰਾ ਤੰਗ ਕਲਰ ਵੀ ਮੈਨੂੰ ਅਜੀਬ ਜਿਹਾ ਲੱਗ ਰਿਹਾ ਇਹਦਾ। ਜੀ ਚੌਧਰੀ ਸਾਹਿਬ, ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ। ਤੁਹਾਨੂੰ ਤੁਸੀਂ ਦੱਸਣਾ ਮੈਂ ਕੈਸਾ ਲੱਗ ਰਿਹਾ ਹੈ? ਫਿਲਮਾਂ 'ਚ ਰੱਖੇ ਸੀ ਇਸ ਤਰ੍ਹਾਂ ਦੇ ਕੱਪੜੇ, ਲੇਕਿਨ ਅੱਜ ਮੈਂ ਆਪ ਪਾ ਲਏ ਨੇ। ਯਾਰ ਮੈਂ ਕੈਸਾ ਲੱਗ ਰਿਹਾ, ਮੈਨੂੰ ਬਹੁਤ ਖੁਸ਼ੀ ਹੋ ਰਹੀ। ਤੁਸੀਂ ਮੈਨੂੰ ਜ਼ਰੂਰ ਦੱਸਣਾ ਕਮੈਂਟਸ ਕਰਕੇ ਕਿ ਚੌਧਰੀ ਵਾਕਈ ਚੌਧਰੀ ਬਣਿਆ ਕਿ ਨਹੀਂ ਬਣਿਆ। ਅਗਰ ਮੈਂ ਇਸ ਤਰ੍ਹਾਂ ਪਿੰਡ 'ਚ ਚੱਲ ਜਾਵਾਂ, ਲੋਕ ਪਰੇਸ਼ਾਨ ਹੋ ਜਾਣਗੇ ਕਿ ਪਤਾ ਨਹੀਂ ਕਿਹੜਾ ਅਫਸਰ ਆ ਗਿਆ ਸਾਡੇ ਪਿੰਡ 'ਚ 2-3 ਪੀਸ ਪਾ ਕੇ। ਮੈਂ ਤਾਂ ਫਿਲਮਾਂ 'ਚ ਵੀ ਦੇਖਿਆ ਉਹਨਾਂ ਨੂੰ ਪੈਂਟ ਕੋਟ ਪਾ ਕੇ ਅਤੇ ਲੜਾਈਆਂ ਲੜੀਆਂ ਲੜਦੇ ਨੇ, ਪੂਰਾ ਮਾਹੌਲ ਨਾਲ ਖੇਡਦੇ ਨੇ ਭਾਈ। ਲੇਕਿਨ ਮੈਨੂੰ ਵੀ ਬੜਾ ਅੱਛਾ ਮਹਿਸੂਸ ਹੋ ਰਿਹਾ ਫੁੱਲਾ ਡੁੱਲਾ। ਮੈਨੂੰ ਕੀ ਪਤਾ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਕਿ ਬੰਦੇ ਨੂੰ ਇੱਕਦਮ ਬੱਬ ਬਣਾ ਦਿੰਦੀਆਂ ਨੇ ਕਿ ਜਿਵੇਂ ਸਾਹ ਵੀ ਕੋਈ ਬਣ ਗਿਆ। ਬਾਕੀ ਜਿੰਨੇ ਦੀ ਇਹ ਬਣਿਆ ਨਾ, ਇਹਨੇ ਦੇ ਤਾਂ 10 ਸੂਟ ਬਣ ਜਾਣੇ, ਸ਼ਲਵਾਰ ਕਮੀਜ਼ ਪਿੰਡਾਂ 'ਚ ਜਿਹੜੇ ਪਾਉਂਦੇ। ਬਾਕੀ ਸੋਹਣਾ ਬੜਾ ਲੱਗ ਰਿਹਾ ਮੈਨੂੰ, ਕੋਈ ਗੱਲ ਨਹੀਂ, 10 ਸੂਟ ਖੈਰ ਹੈਗੀ, ਲੇਕਿਨ ਇੱਕੋ ਹੀ ਬਹੁਤ ਹੈਗਾ 10 ਸਾਲ ਦੇ ਮੁਕਾਬਲੇ 'ਚ। ਹੁਣ ਤੁਸੀਂ ਕਿਤੇ ਆਪਣੇ ਤੁਹਾਡੇ ਕੋਈ ਪਿੰਡ 'ਚ ਵਿਆਹ ਸ਼ਾਦੀ ਹੋਏਗੀ ਤਾਂ ਤੁਸੀਂ ਉੱਥੇ ਇਹ ਵਾਲੇ ਡਰੈਸ ਪਾ ਕੇ ਜਾਓਗੇ? ਹਾਂਜੀ ਲਓ, ਮੈਂ ਤਾਂ ਬੜਾ ਤਿਆਰ ਹੋ ਕੇ ਮਾਸ਼ਾਅੱਲਾ ਜਾਵਾਂਗਾ। ਪਤਾ ਲੱਗਿਆ ਉਹਨਾਂ ਨੂੰ, ਉਹ ਵੀ ਇੱਕ ਵਾਰੀ ਦੇਖਣਗੇ ਬਈ ਚੌਧਰੀ ਨੂੰ ਕੀ ਬਣ ਗਿਆ, ਕੀ ਬਣ ਕੇ ਆ ਗਿਆ ਸਾਡੇ ਕੋਲ। ਪਰ ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਣੀ ਜਾਂ ਮੈਂ ਟਾਈਸ਼ਨ ਲਾ ਕੇ ਇੰਝ ਤਿਆਰ ਹੋ ਕੇ ਜਾਣਾ। ਉਹਨੇ ਪਤਾ ਚੌਧਰੀ ਦਾ ਹੀ ਵਿਆਹ ਹੋ ਰਿਹਾ। ਪਹਿਲੇ ਮੈਂ ਵਾਲ ਵੂਲ ਕਟਵਾਏ ਨੇ, ਕਟਿੰਗ ਸ਼ਟਿੰਗ ਕਰਵਾਈ ਆਪਣੀ, ਅੱਜ 2 ਪੀਸ ਪਾ ਕੇ ਤੇ ਪੂਰਾ ਬਾਬੂ ਬਣ ਗਿਆ। ਬਹੁਤ ਮੈਂ ਕਹਿੰਦਾ ਜੈਂਟਲਮੈਨ ਬਣਿਆ ਚੌਧਰੀ ਗੁੱਜਰ। ਮੈਂ ਅੱਜ ਆਇਆ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ, ਤੇ 2-3 ਪੀਸ ਪਾ ਕੇ ਅੱਜ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਤੁਹਾਡਾ ਡਰੈਸ ਪਾ ਕੇ। ਮੈਨੂੰ ਤਾਂ ਇੰਝ ਲੱਗ ਰਿਹਾ ਮੇਰੀ ਜ਼ਿੰਦਗੀ ਚੇਂਜ ਹੋਣੀ ਸ਼ੁਰੂ ਹੋ ਗਈ ਹੈ। ਮੈਂ ਆਪਣੇ ਆਪ ਨੂੰ ਦੇਖਿਆ ਨਾ ਸ਼ੀਸ਼ੇ, ਬੜਾ ਹੀ ਖੂਬਸੂਰਤ ਮੈਂ ਲੱਗਿਆ ਵਾਂ। ਕਾਸ਼ ਇਹ ਜ਼ਮਾਨੇ 'ਚ ਮੈਨੂੰ ਡਰੈਸ ਪਾਏ ਹੁੰਦੇ ਤਾਂ ਮੈਂ ਉਦੋਂ ਕੀ ਲੱਗਣਾ ਸੀ। ਦੇਖੋ ਜੀ, ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਕੀ ਲਿਖਿਆ। ਤੁਸੀਂ ਮੇਰੀ ਹੈਲਪ ਕਰੋ, ਤੇਰਾ ਮੈਨੂੰ ਅੱਛੇ ਅੱਛੇ ਅੱਜ ਖਾਣੇ ਦੱਸਣੇ, ਕਿ ਖਾਣੇ ਇੱਥੇ ਮਿਲ ਜਾਣੇ ਤਾਂ ਫਿਰ ਮੈਂ ਤੁਹਾਨੂੰ ਦੱਸਾਂਗਾ। ਇਹ ਮੰਗਵਾਓ ਤੁਸੀਂ, ਤੁਹਾਡਾ ਕੀ ਦਿਲ ਕਰਦਾ ਖਾਣ ਨੂੰ? ਅੱਛੀ ਜਿਹੀ ਚੀਜ਼ ਹੋਣੀ ਚਾਹੀਦੀ, ਮਜ਼ਾ ਆਵੇ ਖਾਣ ਦਾ, ਕਿ ਬਾਕੀ ਵੀ ਖਾਣਾ
ਖਾਦਾ ਤੇ ਇੰਜੋਏ ਕੀਤਾ ਕਿ ਸਰ ਤੁਹਾਨੂੰ ਸਟੇਕ ਖਵਾਈਏ ਫਿਰ ਨਹੀਂ 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 ਸਟੇਕ ਤਾਂ ਮੈਂ ਅੱਗੇ ਦਫ਼ਾ ਖਾ ਚੁੱਕੇ ਆਵਾਂ ਨਾ ਫਿਰ ਉਹ ਬਾਰ ਬਾਰ ਖਾਣ ਦਾ ਮਜ਼ਾ ਨਹੀਂ ਹੈਗਾ ਹੋਰ ਕੋਈ ਚੀਜ਼ ਨਹੀਂ ਗਿਆ ਨਾ ਕੋਈ ਅੱਛੀ ਅੱਛੀਆਂ ਹੋਰ ਵੀ ਚੀਜ਼ਾਂ ਹੋਣੀਆਂ ਨੇ ਕਿਉਂ ਸਰ ਤੁਹਾਨੂੰ ਫਿਰ ਕਲੱਬ ਸੈਂਡਵਿਚ ਖਿਲਾ ਦਈਏ ਕਲੱਬ ਸੈਂਡਵਿਚ ਸੈਂਡਵਿਚ ਹੁੰਦੇ ਨੇ ਕਲੱਬ ਸੈਂਡਵਿਚ ਉਹਦਾ ਨਾਮ ਹੈ ਜਾਂ ਫਿਰ ਉਹੀ ਮੰਗਾਓ ਅਤੇ ਅੱਜ ਫਿਰ ਆਰਡਰ ਵੀ ਮੈਂ ਹੀ ਦੇ ਦਿੰਦਾ ਕਲੱਬ ਸੈਂਡਵਿਚ ਦਾ ਭਾਈ ਸਰ ਅਕਾਸ਼ ਨਾ ਸਾਹਿਬ ਤੁਸੀਂ ਜੀ ਕਲੱਬ ਸੈਂਡਵਿਚ ਲਿਆਓ ਜ਼ਰਾ ਅੱਛਾ ਜਿਹਾ ਮਜ਼ੇਦਾਰ ਜ਼ਰਾ ਮਜ਼ਾ ਆਵੇ ਖਾਣ ਦਾ ਅਤੇ ਬਾਕੀ ਇੱਥੇ ਬਹਿ ਕੇ ਖਾਧਾ ਤਾਂ ਵੀ ਮਜ਼ਾ ਆਇਆ ਕਲੱਬ ਸੈਂਡਵਿਚ ਆ ਗਿਆ ਵਾਹ ਜੀ ਵਾਹ ਇਹ ਨੇ ਕਲੱਬ ਸੈਂਡਵਿਚ ਵਾਹ ਇਹ ਖੁਸ਼ਬੂਆਂ ਇਹਨਾਂ ਦੇ ਵਿੱਚੋਂ ਆ ਰਹੀਆਂ ਉਹਨਾਂ ਨੂੰ ਖਾ ਕੇ ਦੇਖਦੇ ਹਾਂ ਵੇਖਣ 'ਚ ਮੈਨੂੰ ਇੰਝ ਲੱਗ ਰਿਹਾ ਜਿਵੇਂ ਬੜਾ ਪਿਆਰਾ ਫੁੱਲ ਬਣਿਆ ਹੈ ਵਾਹ ਬੜੇ ਮਜ਼ੇਦਾਰ ਨੇ ਯਾਰ ਕਿਆ ਬਾਤ ਹੈ ਕਲੱਬ ਸੈਂਡਵਿਚ ਜ਼ਬਰਦਸਤ ਇਹ ਮਜ਼ੇਦਾਰ ਇੰਨਾ ਕੁ ਬਣਿਆ ਕਿ ਮੈਂ ਪਰੇਸ਼ਾਨ ਹਾਂ ਮੂੰਹ 'ਚ ਪਾ ਰਿਹਾ ਅਤੇ ਇੰਝ ਖਾਧਾ ਜਾ ਰਿਹਾ ਖੁਰਦਾ ਜਾ ਰਿਹਾ ਮੂੰਹ ਦੇ ਵਿੱਚ ਅੱਡਾ ਕੁ ਸੌਦੀ ਬਣਾ ਤਾ ਮੈਂ ਪਰੇਸ਼ਾਨ ਇਹਨੇ ਬਣਾਇਆ ਕਿਵੇਂ ਬਹੁਤ ਅੱਛਾ ਬਣਿਆ ਕਲੱਬ ਸੈਂਡਵਿਚ ਇਹ ਕੀ ਹੈ ਡਰਿੰਕ ਡਰਿੰਕ ਐਪਲ ਜਿੰਜਰ ਐਪਲ ਜਿੰਜਰ ਸੇਬ ਦਾ ਅਦਰਕ ਦਾ ਬਣਿਆ ਅੱਛਾ ਸੇਬ ਦਾ ਅਤੇ ਅਦਰਕ ਦਾ ਜੂਸ ਬਹੁਤ ਯਾਰ ਫਿਰ ਇਹ ਜ਼ਰਾ ਟਰਾਈ ਕਰ ਲਓ ਤੁਹਾਡਾ ਕੀ ਨਾਲ ਲਾਲ ਤੁਹਾਨੂੰ ਲਾਲ ਲਾਲ ਲੈ ਚੈਰੀ ਕਿਆ ਯਾਰ ਮਜ਼ੇਦਾਰ ਜੂਸ ਵਾਹ ਵਾਕਈ ਯਾਰ ਅਦਰਕ ਦਾ ਵੀ ਟੇਸਟ ਅਤੇ ਸੇਬ ਦਾ ਵੀ ਮਜ਼ਾ ਆ ਰਿਹਾ ਅੱਜ ਮੈਨੂੰ ਖਾਣ ਦਾ ਬਹੁਤ ਅੱਛਾ ਮਜ਼ਾ ਆ ਰਿਹਾ ਉਹਦੀ ਪਤਾ ਕੀ ਵਜ੍ਹਾ ਹੈਗੀ ਅਤੇ ਖਾਣਾ ਵੀ ਬੜਾ ਮਜ਼ੇਦਾਰ ਹੈ ਕਲੱਬ ਸੈਂਡਵਿਚ ਦੂਸਰਾ ਤਾਂ ਮੈਂ ਈਜ਼ੀ ਹੋ ਕੇ ਬੈਠਾ ਐਸਾ ਐਡਰੈਸ ਮੈਨੂੰ ਮਜ਼ੇਦਾਰ ਅੱਛਾ ਲੱਗ ਰਿਹਾ ਹੁੰਦਾ ਨਾ ਕਿ ਬੰਦਾ ਪਰੇਸ਼ਾਨ ਹੋ ਜਾਂਦਾ ਅਤੇ ਪਹਿਲੀ ਦਫ਼ਾ ਟੂ ਵੀ ਸਕਵਾਇਰ ਚੌਧਰੀ ਬੜਾ ਪਰੇਸ਼ਾਨ ਹੈ ਘੁੱਟਿਆ ਘੁੱਟਿਆ ਨਹੀਂ ਬੜਾ ਸਕੂਨ ਮੈਂ ਇੰਝ ਮਹਿਸੂਸ ਕਰ ਰਿਹਾ ਵਾਂ ਕਿ ਜਿਵੇਂ ਭਾਈ ਤੁਹਾਡਾ ਡਰੈਸ ਪਾਇਆ ਅੱਛਾ ਅੱਛਾ ਖਾਣਾ ਖਾਣ ਦਾ ਇਹੀ ਮਜ਼ਾ ਆ ਰਿਹਾ ਕਿ ਮੈਂ ਬੜਾ ਵੈਲ ਡਰੈਸ ਹੋਇਆ ਅੱਜ ਜਿਹੜੇ ਗੋਰੇ ਲੋਕ ਬਾਹਰ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਨੂੰ ਕਿੱਡਾ ਪਿਆਰਾ ਐਡਰੈਸ ਲੱਗਦਾ ਅਤੇ ਉਹ ਅੱਛਾ ਐਡਰੈਸ ਪਾਉਂਦੇ ਨੇ ਅਤੇ ਖਾਣਾ ਵੀ ਅੱਛਾ ਹੀ ਖਾਂਦੇ ਨੇ ਅੱਜ ਸੇਮ ਬਿਲਕੁਲ ਉਹਨਾਂ ਵਰਗਾ ਮੈਂ ਬਣਿਆ ਹੈ ਬਾਬੂ ਕਿ ਉਸੇ ਤਰ੍ਹਾਂ ਪਿਆਰਾ ਜਾਂ ਅੱਛਾ ਜਿਹਾ ਖਾਣਾ ਆਇਆ ਸਾਹਮਣੇ ਅਤੇ ਅੱਛਾ ਡਰੈਸ ਪਾਇਆ ਅਤੇ ਪਾਏ ਤੁਹਾਡੇ ਸਾਹਮਣੇ ਉਹਨਾਂ ਦੀਆਂ ਛੁਰੀਆਂ ਕਾਂਟੇ ਮੇਰੇ ਹੱਥ 'ਚ ਨੇ ਬੜਾ ਇੰਜੋਏ ਕਰ ਰਿਹਾ ਮੈਂ ਵੈਸੇ ਮੈਂ ਤੁਹਾਨੂੰ ਦੱਸਾਂ ਮਜ਼ੇ ਦੀ ਗੱਲ ਕੀ ਅੱਜ ਇੱਥੇ ਮੈਂ ਅੱਗੇ ਵੀ ਆਇਆ ਉਹ ਮੈਨੂੰ ਫੋਰਨ ਪਹਿਚਾਣ ਲੈਂਦੇ ਸੀਗੇ ਪੇਲੂ ਜਿਹਾ ਆ ਗਏ ਤੂੰ ਬਾਬਾ ਅੱਜ ਉਹਨਾਂ ਨੇ ਮੈਨੂੰ ਇੰਝ ਵੈਲਕਮ ਕੀਤਾ ਦਰਵਾਜ਼ਾ ਖੋਲ੍ਹਿਆ ਤਾਂ ਪਤਾ ਨਹੀਂ ਕਿਹੜਾ ਅਫਸਰ ਆ ਗਿਆ ਅਤੇ ਉਹ ਅੱਖ ਹੀ ਨਹੀਂ ਮਿਲਾ ਰਹੀ ਡਰਦੇ ਮੇਰੇ ਕੋਲ ਹੀ ਨਹੀਂ ਆ ਰਹੇ ਉਹਨਾਂ ਨੂੰ ਪਤਾ ਨਹੀਂ ਕਿ ਚੌਧਰੀ ਬੈਠਾ ਦੇਖੋ ਡਰੈਸ ਪਾਉਣ ਨਾਲ ਬੰਦੇ ਦੀ ਚੇਂਜ ਕੈਸਾ ਹੋ ਜਾਂਦਾ ਮੈਂ ਇਸ ਚੀਜ਼ ਤੋਂ ਬੜਾ ਖੁਸ਼ ਹੈਗਾ ਅਤੇ ਮੈਂ ਬੜਾ ਅੱਛਾ ਅੱਜ ਇੰਜੋਏ ਕਰ ਰਿਹਾ ਮਜ਼ੇ ਲੈ ਰਿਹਾ ਵਾਂ ਖਾਣਾ ਵੀ ਖਾ ਰਿਹਾ ਬਹੁਤ ਅੱਛਾ ਲੱਗ ਰਿਹਾ ਪਰ ਮੈਨੂੰ ਤੁਸੀਂ ਜ਼ਰੂਰ ਮੈਨੂੰ ਦੱਸਣਾ ਹੈਗਾ ਖਾਸ ਕਰਕੇ ਜਿਹੜੇ ਅਮਰੀਕਾ ਦੇ ਮੇਰੇ ਫੈਨ ਨੇ ਮੇਰੇ ਦੋਸਤ ਨੇ ਜਿਹੜੇ ਮੇਰੇ ਨਾਲ ਮੁਹੱਬਤ ਕਰਦੇ ਨੇ ਕਿ ਮੈਂ ਹੋਰ ਕੀ ਕਰਾਂ ਡਰੈਸ ਪਾ ਕੇ ਕਿੱਥੇ ਕਿੱਥੇ ਜਾਵਾਂ ਕਿਹੜੀ ਕਿਹੜੀ ਜਗ੍ਹਾ 'ਤੇ ਜਾ ਕੇ ਮੂਵੀਆਂ ਬਣਾਵਾਂ ਅਤੇ ਖਾਣੇ ਖਾਵਾਂ ਜ਼ਰਾ ਮੈਨੂੰ ਅੱਛਾ ਲੱਗੇ ਬਹੁਤ ਜ਼ਿਆਦਾ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਅਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਰਹੋ ਅਤੇ ਆਪਣਾ ਬੈਲ ਆਈਕਨ ਜ਼ਰੂਰ ਦਬਾਉਣਾ ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ ਅਤੇ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖਣਾ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਿਹਤ ਤੰਦਰੁਸਤ ਦੇਵੇ ਤੁਸੀਂ ਸਾਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਕਰਾਂਗਾ